ਚਾਨਕੀ ਐਜੂਕੇਸ਼ਨ ਅਕੈਡਮੀ ਬਰਨਾਲਾ ਵਿੱਚ ਤੁਹਾਡਾ ਸਵਾਗਤ ਹੈ। ਅੱਜ 1 ਦਸੰਬਰ 2024 ਜੋ ਪੀਐਸਟੈਟ 1 ਦਾ ਜਿਹੜਾ ਪੇਪਰ ਹੋ ਚੁੱਕਿਆ ਹੈਗਾ। ਉਹਦੇ ਵਿੱਚ ਜੋ ਪੰਜਾਬੀ ਆਈਸੀ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਕਿ ਕਿਹੜੇ ਆਨਸਰ ਆ ਜਿਹੜੇ ਉਸ ਤੇ ਸਹੀ ਬਣ ਰਹੇ ਨੇ। ਸਭ ਤੋਂ ਪਹਿਲਾਂ ਸਾਡੇ ਕੋਲੇ 31 ਨੰਬਰ ਪ੍ਰਸ਼ਨ ਆਇਆ ਜੀ ਸੁੱਧ ਸ਼ਬਦ ਦੱਸਣਾ ਸੀ ਹੇਠ ਲਿਖੇ ਲੈ ਵਿੱਚੋਂ। ਹੇਠ ਲਿਖਿਆ ਸ਼ਬਦਾਂ ਦੇ ਵਿੱਚੋਂ ਕਿਹੜਾ ਸ਼ਬਦ ਸੁੱਧ ਹੈ ਤਾਂ ਅਸੀਂ ਦੇਖਦੇ ਹਾਂ ਸ਼ਖਸੀਅਤ ਇਸੋਕੜ ਪੁਚਾਂਗੀ ਚਾ ਭੂਲਿਕ ਸੋ ਇਹਦੇ ਵਿੱਚ ਜਿਹੜਾ ਸ਼ਖਸੀਅਤ ਸ਼ਬਦ ਆ ਉਹ ਬਿਲਕੁਲ ਇਸ ਦਾ ਸਹੀ ਆਨਸਰ ਹੈ ਜੀ ਉਸ ਤੋਂ ਅੱਗੇ ਸਾਡੇ ਕੋਲੇ ਹੈ ਭਾਸ਼ਾ ਦਾ ਅਧਿਆਪਕ ਆਪਣਾ ਅਧਿਆਪਨ ਪ੍ਰਭਾਵਸ਼ਾਲੀ ਬਣਾਉਣ ਹਿੱਤ ਸਿਧਾਂਤ ਵਰਤਦਾ ਹੈ ਸੋ ਇਹ ਅਸੀਂ ਮਨੋਵਿਗਿਆਨ ਦੇ ਵਿੱਚ ਸਾਈਕੋਲੋਜੀ ਦੇ ਵਿੱਚ ਪੜਿਆ ਹੈ ਵਸਲੇਸ਼ਨ ਤੋਂ ਸੰਸਲੇਸ਼ਨ ਵੱਲ ਤਾਰਕਿਕ ਤੋਂ ਮਨੋਵਿਗਿਆਨਕ ਵੱਲ ਸੋ ਉਪਰੋਕਤ ਦੋਮੇ ਜਿਹੜੇ ਇਸ ਦਾ ਸਹੀ ਆਨਸਰ ਆਵੇਗਾ ਕਿ ਭਾਸ਼ਾ ਦਾ ਅਧਿਆਪਕ ਜਿਹੜਾ ਉਹ ਆਪਣਾ ਪ੍ਰਭਾਵ ਬਣਾਉਣ ਲਈ ਉਹ ਉਪਰੋਕਤ ਦੋਮੇ ਯੋਗਤਾਵਾਂ ਦਾ ਜਿਹੜਾ ਉਹ ਜਿਹੜਾ ਆਪਣਾ ਸਿਧਾਂਤ ਵਰਤੇਗਾ ਜੀ ਅਗਲਾ ਹੈ ਤਸਖੀਸੀ ਸਿੱਖਿਆ ਦੀ ਲੋੜ ਪੈਂਦੀ ਹੈ ਠੀਕ ਹੈ ਜੀ ਡਾਇਗਨੋਸਟਿਕ ਟੈਸਟ ਇੰਗਲਿਸ਼ ਤੇ ਵਿੱਚ ਬੋਲਿਆ ਜਾਂਦਾ ਜਾਂ ਫਿਰ ਆਪਾਂ ਰੈਮੀਡੀਅਲ ਐਜੂਕੇਸ਼ਨ ਪੜ੍ਹੀ ਸੀ ਤਾਂ ਇਹਦੇ ਵਿੱਚ ਤਕਸੀਸੀ ਸਿੱਖਿਆ ਦੇ ਸਵੰਧ ਦੇ ਵਿੱਚ ਇਹ ਲਿਖਿਆਂ ਦੇ ਵਿੱਚੋਂ ਕਿਹੜਾ ਜਿਹੜਾ ਸਹੀ ਜਿਹੜਾ ਸ਼ਬਦ ਜਾਂ ਸਹੀ ਵਾਕ ਆਏਗਾ ਦੇਖੋ ਵਾਚਨ ਨਾਲ ਸੰਬੰਧਿਤ ਅਸੁਧੀਆਂ ਸਮੇ ਵਿਆਕਰਨ ਨਾਲ ਸੰਬੰਧਿਤ ਅਸੁਧੀਆਂ ਸਮੇ ਜਾਂ ਸ਼ਬਦ ਜੋੜਾਂ ਨਾਲ ਸੰਬੰਧਿਤ ਅਸੁਧੀਆਂ ਸਮੇ ਸੋਛਦਾ ਸਹੀ ਆਨਸਰ ਆਏਗਾ ਅਪਰੋਕਤ ਸੋ ਇੱਕ ਅਧਿਆਪਕ ਅਪਰੋਕਤ ਸਾਰੀਆਂ ਕਮੀਆਂ ਜੋ ਪਹਿਚਾਨੇਗਾ ਉਸ ਨੂੰ ਅਸੀਂ ਤਕਸੀਸੀ ਸਿੱਖਿਆ ਦੀ ਮਹੱਤਾ ਦਿੰਨੇ ਆ ਤੇ ਉਸ ਰਾਹੀਂ ਜੇ ਉਹ ਹੱਲ ਕਰੇਗਾ ਉਹ ਰੈਮੀਡੀਅਲ ਐਜੂਕੇਸ਼ਨ ਰਾਹੀਂ ਕਰੇਗਾ ਠੀਕ ਹੈ ਜੀ ਸੋ ਇਹ ਵੀ ਜਿਹੜਾ ਕੁਸਚਨ ਜਿਹੜਾ ਸੌਖਾ ਸੀਗਾ ਉਸ ਤੋਂ ਬਾਅਦ ਮਾਤਰ ਪਾਸਾ ਰਾਹੀਂ ਸਹਿਜ ਰੂਪ ਵਿੱਚ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ ਇਸ ਕਥਨ ਦੇ ਆਧਾਰ ਤੇ ਦੱਸੋ ਕਿ ਨਿਮਨ ਵਿਕਲਪਾਂ ਵਿੱਚੋਂ ਗ੍ਰਹਿਣ ਕਰਨ ਦਾ ਸਬੰਧ ਕਿਸ ਨਾਲ ਹੈ ਸੋ ਇਹਦੇ ਵਿੱਚ ਜਿਹੜਾ ਆਨਸਰ ਆ ਜਿਹੜਾ ਉਹ ਸਹੀ ਆਏਗਾ ਉਹ ਸਾਡੇ ਕੋਲੇ ਆਏਗਾ ਸੋਨਾ ਤੇ ਪੜਨਾ ਜੀ ਸੋ ਲਿਸਨਿੰਗ ਤੇ ਜਿਹੜਾ ਆਪਾਂ ਰੀਡਿੰਗ ਦੀ ਗੱਲ ਕਰਦੇ ਆਂ ਜੀ ਇਕਾ ਸੋ ਇਹਦਾ ਜਿਹੜਾ ਸਹੀ ਆਨਸਰ ਸਾਡੇ ਕੋਲ ਆਏਗਾ 4 ਨੰਬਰ ਦਾ ਜੀ ਉਸ ਤੋਂ ਬਾਅਦ ਸਾਡੇ ਕੋਲੇ ਅਗਲਾ ਪ੍ਰਸ਼ਨ 35 ਨੰਬਰ ਕੀ ਹੈ ਜੀ ਵਿਆਕਰਨ ਦੀ ਭਾਸ਼ਾ ਸਿੱਖਿਆ ਨੂੰ ਦੇਣ ਨਾਲ ਸੰਬੰਧਿਤ ਨਹੀਂ ਹੈ ਸੋ ਦੇਖੋ ਇੱਥੇ ਨਹੀਂ ਲਿਖਿਆ ਹੋਇਆਗਾ ਸੋ ਇਸ ਨੂੰ ਤੁਸੀਂ ਧਿਆਨ ਨਾਲ ਸਮਝਣਾ ਵਿਆਕਰਨ ਦੀ ਭਾਸ਼ਾ ਸਿੱਖਿਆ ਨੂੰ ਦੇਣ ਨਾਲ ਸੰਬੰਧਿਤ ਨਹੀਂ ਹੈ ਕੀ ਨਹੀਂ ਹੈ ਜੀ ਦੇਖੋ ਬੋਲੀ ਦਾ ਟਕਸਾਲੀ ਰੂਪ ਗ੍ਰੈਂਡ ਕਰਨ ਦੇ ਸੰਬੰਧੀ ਗਿਆਨ ਹੋਣਾ ਇਹਦਾ ਬਿਲਕੁਲ ਹੈਗਾ ਜੀ ਕਿਸੇ ਬੋਲੀ ਦਾ ਸ਼ਬਦਾਵਲੀ ਨੂੰ ਟਕਸਾਲ ਲਈ ਟਕਸਾਲਨ ਲਈ ਸਹਾਇਤਾ ਕਰਨਾ ਇਹ ਵੀ ਜੜਾ ਮੰਨਿਆ ਜਾਏਗਾ ਸ਼ਬਦ ਜੋੜਾਂ ਤੋਂ ਇਲਾਵਾ ਵਾਕ ਵੰਤਰ ਵਿਆਕਰਨ ਦੇ ਨਿਯਮਾਂ ਅਨੁਸਾਰ ਸਿੱਖਣ ਵਿੱਚ ਮਦਦ ਕਰਨਾ ਸੋ ਉਪਰੋਕਤ ਜਿਹੜੇ ਤਿੰਨੇ ਸਹੀ ਨੇ ਸੋ ਇਸ ਦੇ ਵਿੱਚ ਗਲਤ ਕੀ ਹੈਗਾ ਬੋਲੀ ਵਿੱਚ ਪ੍ਰਚਲਿਤ ਸ਼ਬਦ ਭੇਦ ਲਿੰਗ ਤੇ ਵਚਨ ਭੇਦ ਕਾਰਕ ਬਾਰੇ ਜਾਣਕਾਰੀ ਨਾ ਦੇਣਾ ਸੋ ਇਸ ਦਾ ਜਿਹੜਾ ਆਨਸਰ ਸਾਡੇ ਕੋਲੇ ਕੀ ਆਏਗਾ ਜੀ ਚਾਰ ਨੰਬਰ ਆਪਸ਼ਨ ਜਿਹੜੀ ਇਸ ਦੀ ਸਹੀ ਹੈ ਉਸ ਤੋਂ ਬਾਅਦ ਇੱਕ ਪੈਰਾ ਦਿੱਤਾ ਗਿਆ ਸੀ ਜਿਹਦੇ ਵਿੱਚ 37 ਤੋਂ ਲੈ ਕੇ 43 ਤੱਕ ਇਹਨੇ ਕੁਐਸਚਨ ਪੁੱਟ ਕਰਨ ਦੀ ਗੱਲ ਕਿੱਤੇ ਗਈ ਸੀਗੀ ਤਾਂ ਉਹਦੇ ਵਿੱਚ ਜਿਹੜੇ ਆਪਾਂ ਦੇਖਦੇ ਆਂ ਪਹਿਲਾ ਕੁਐਸਚਨ ਸਾਡੇ ਕੋਲੇ ਕੀ ਆ ਜੀ ਸਭ ਤੋਂ ਪਹਿਲਾ ਕੁਐਸਚਨ ਸਾਡੇ ਕੋਲੇ ਕੀ ਆ ਪੈਰੇ ਵਿੱਚ ਅੰਕਿਤ ਸ਼ਬਦ ਪਰੁੱਚੇ ਮੋਤੀਆਂ ਦਾ ਕੀ ਅਰਥ ਹੈ ਪਰੁੱਚੇ ਤਾਂ ਪਰੁੱਚੇ ਜਿਹੜਾ ਇਹਦੇ ਵਿੱਚ ਆਏ ਹੋਏ ਸੀਗੀ ਪਰੋਏ ਹੋਏ ਸੋ ਇਸ ਦਾ ਆਨਸਰ ਜਿਹੜਾ ਸਾਡੇ ਕੋਲੇ ਬੀ ਸਹੀ ਆਏਗਾ ਜੀ ਆਨਸਰ ਜਮ ਨੰਬਰ ਯਾਨੀ ਕਿ 2 ਨਾ ਅਗਲਾ ਦੇਖਦੇ ਆਂ 37 ਨੰਬਰ ਪ੍ਰਸ਼ਨ ਪੈਰੇ ਵਿੱਚ ਆਇਆ ਸ਼ਬਦ ਕਾਫੀ ਦਾ ਕਾਫੀ ਕਿਹੜਾ ਵਿਸ਼ੇਸ਼ਣ ਹੈ ਸੋ ਦੇਖੋ ਜਿਹੜਾ ਵਿਸ਼ੇਸ਼ਣ ਹੈ ਇੱਕ ਪੰਜਾਬੀ ਦਾ ਟੌਪਿਕ ਆ ਜਿਹੜਾ ਆਪਾਂ YouTube ਤੇ ਵੀ ਜਿਹੜਾ ਕੀਤਾ ਹੋਇਆ ਉਹਦੇ ਵਿੱਚ ਜਿਹੜਾ ਹੈਗਾਗਾ ਇਹਦਾ ਜਿਹੜਾ ਸਹੀ ਆਨਸਰ ਆਏਗਾ ਕਾਫੀ ਜਿਵੇਂ ਥੋੜਾ ਬਹੁਤਾ ਕੁਝ ਕੁ ਵਧੇਰਾ ਆਪਾਂ ਪੜਿਆ ਹੋਇਆ ਤਾਂ ਪਰਿਮਾਨਵਾਚਕ ਵਿਸ਼ੇਸ਼ਣ ਜਿਹੜਾ ਇਸਦਾ ਸਹੀ ਆਨਸਰ ਆ ਜਾਨੀ ਕਿ ਆਪਸ਼ਨ 3 ਆਏਗੀ ਅਭਿਵਿਅਕਤੀਤੋ ਕੀ ਭਾਵ ਹੈ ਅਭਿਵਿਅਕਤੀਤੋ ਕੀ ਭਾਵ ਹੈ ਤਾਂ ਜਿਹੜਾ ਪਹਿਰੇ ਦੇ ਮੁਤਾਬਕ ਅਭਿਵਿਅਕਤੀ ਸ਼ਬਦ ਦਾ ਜਿਹੜਾ ਅਰਥ ਇੱਥੇ ਪਰਗਟਾਵਾ ਜਿਹੜਾ ਉਹ ਸਹੀ ਹੈਗਾ ਜਾਨੀ ਕਿ ਇੱਕ ਨੰਬਰ ਜਿਹੜਾ ਇਹਦਾ ਆਪਸ਼ਨ ਆ ਉਹ ਸਹੀ ਹੈ ਜੀ 39 ਨੰਬਰ ਤੇ ਆਪਾਂ ਦੇਖਦੇ ਆ ਜੀ ਜੋ ਖੂਬਸੂਰਤੀ ਨਾਲ ਲਿਖਦਾ ਸੀ ਉਹ ਪ੍ਰਸ਼ੰਸਾ ਖੜਦਾ ਸੀ ਵਾਕ ਵਿੱਚ ਜੋ ਸ਼ਬਦ ਕਿਸ ਪ੍ਰਣਾਮ ਸ਼੍ਰੇਣੀ ਵਿੱਚ ਆਉਂਦਾ ਹੈ ਸੋ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਸੰਬੰਧਵਾਚਕ ਪੜਨਾਮ ਜਿਹੜਾ ਸ਼ਬਦ ਦੋ ਵਾਕਾਂ ਨੂੰ ਆਪਸ ਵਿੱਚ ਜਿਹੜਾ ਜੋੜਦਾਗਾ ਤੇ ਸੰਬੰਧ ਪ੍ਰਗਟ ਕਰਦਾਗਾ ਉਹ ਇਹਦੇ ਵਿੱਚ ਸੰਬੰਧਵਾਚਕ ਪੜਨਾਮ ਜਿਹੜਾ ਆਪਾਂ ਮੰਨਿਆ ਜਾਏਗਾ ਜੀ ਆਪਸ਼ਨ ਜਿਹੜੀ ਸਾਡੇ ਕੋਲੇ ਆ ਤਿੰਨ ਤਾਂ ਇਸ ਕਰਕੇ ਨਿਜਵਾਚਕ ਵਿਸ਼ੇਸ਼ਣ ਨਹੀਂ ਹੈਗਾ ਕਿਉਂਕਿ ਆਪਾਂ ਪੜਿਆ ਹੋਇਆ ਨਿਸ਼ਚੇਵਾਚਕ ਨਿਸ਼ਚਾ ਕਰਦਾ ਹੁੰਦਾ ਕਿਸੇ ਵੱਲ ਤਾਂ ਇਹ ਜਿਹੜਾ ਆਏਗਾ ਸੰਬੰਧਵਾਚਕ ਪ੍ਰਨਾਮ ਪੈਰੇ ਅਨੁਸਾਰ ਸੋਹਜ ਅਭਿਵਿਅਕਤੀ ਕਿਸ ਵਿੱਚੋਂ ਰੂਪ ਮਾਨ ਹੁੰਦੀ ਹੈ ਸੋ ਪੈਰੇ ਦੇ ਅਨੁਸਾਰ ਜਿਹੜੇ ਆਪਾਂ ਆਨਸਰ ਦੇਣੇ ਨੇ ਤਾਂ ਇਹ ਜਿਹੜਾ ਸਾਡੇ ਕੋਲੇ ਆਏਗਾ ਸੁੰਦਰ ਘੜੀ ਗਈ ਕਲਮ ਵਿੱਚੋਂ ਸੋ ਇਸ ਕਰਕੇ ਇਹਦਾ ਜਿਹੜਾ ਸਹੀ ਆਨਸਰ ਆਏਗਾ ਸਾਡੇ ਕੋਲੇ 4 ਨੰਬਰ ਜੀ ਠੀਕ ਹੈ ਸੋ ਆਪਾਂ ਪਹਿਰੇ ਦੇ ਮੁਤਾਬਕ ਜਿਹੜਾ ਇਹਦੇ ਅਨਸਰ ਦੇਵਾਂਗੇ ਉਸ ਤੋਂ ਬਾਅਦ ਮਤਾਸਰ ਸ਼ਬਦ ਦਾ ਸਮਾਨਾਰਥੀ ਚੁਣੋ ਜੀ ਠੀਕ ਹੈ ਇਹਦਾ ਹਾਲੇ ਆਪਾਂ ਬਿਲਕੁਲ ਕਲੀਅਰ ਨਹੀਂ ਕਹਿ ਸਕਦੇ ਇਹਦਾ ਅਸਰ ਅੰਦਾਜ਼ ਵੀ ਹੋ ਸਕਦਾ ਜਾਵਰ ਇਹਨਾਂ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਅਸੀਂ ਜਿਹੜਾ ਇਹਦਾ ਅਨਸਰ ਇੱਕ ਸਹੀ ਕਹਿ ਸਕਦੇ ਹਾਂ ਠੀਕ ਹੈ ਜੀ ਸੋ ਇਹ ਜਿਹੜਾ ਆਪਾਂ ਹਾਲੇ ਡਾਊਟ ਦੇ ਵਿੱਚ ਰੱਖ ਲੈਣੇ ਆ ਉਸ ਤੋਂ ਬਾਅਦ 42 ਨੰਬਰ ਜਿਹੜਾ ਕੁਐਸਚਨ ਤੇ ਅਸੀਂ ਦੇਖਦੇ ਹਾਂ ਕੀ ਹੈ ਜੀ ਸਾਡੇ ਕੋਲੇ ਪੈਰੇ ਦੇ ਆਧਾਰ ਤੇ ਟੁਕਬਾ ਸਰ ਲਿਖ ਦਿਓ ਤਾਂ ਇਹਦਾ ਜਿਹੜਾ ਪੈਰਾ ਸੀਗਾ ਉਹ ਸਿਰਫ ਜਿਹੜਾ ਸਬੰਧਤ ਸੀਗਾ ਬੱਚਿਆਂ ਦੀ ਲਿਖਤ ਨੂੰ ਸੁੰਦਰ ਬਣਾਉਣ ਦੇ ਸੰਬੰਧ ਦੇ ਵਿੱਚ ਠੀਕ ਆ ਸੋ ਇਸ ਕਰਕੇ ਇਹਦਾ ਜਿਹੜਾ 2 ਨੰਬਰ ਜਿਹੜੀ ਆਪਸ਼ਨ ਆ ਉਹ ਬਿਲਕੁਲ ਸਹੀ ਹੈ ਜੀ ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਜੀ ਲਿਖਤ ਦੇ ਸੋਹਜ ਪੱਖੋਂ ਅਸੀਂ ਕਿਉਂ ਅਵੇਸ਼ਲੇ ਹੁੰਦੇ ਹਾਂ ਲਿਖਤ ਦੇ ਸੋਹਜ ਪੱਖੋਂ ਅਸੀਂ ਕਿਉਂ ਅਵੇਸ਼ਲੇ ਹੁੰਦੇ ਹਾਂ ਤਾਂ ਇਹਦਾ ਕਾਰਨ ਕੀ ਆ ਕਿ ਸਾਡੇ ਕੋਲੇ ਟਾਈਪ ਅਤੇ ਪ੍ਰੈਸ ਕਰਨ ਦੀਆਂ ਸਹੂਲਤਾਂ ਜਿਹੜੀਆਂ ਉਹ ਅੱਜ ਕੱਲ ਦੇ ਟਾਈਮ ਦੇ ਵਿੱਚ ਵਦਨ ਲੱਗੀਆਂ ਨੇ ਠੀਕ ਹੈ ਤਾਂ ਇਹਦਾ ਜਿਹੜਾ ਸਹੀ ਆਨਸਰ ਆਪਾਂ ਇਹ ਕਹਿ ਸਕਦੇ ਆ ਜੇ ਆਪਾਂ ਇੱਕ ਨੰਬਰ ਤੇ ਚੱਲਾਂਗੇ ਦਵਾਤਾਂ ਦੀ ਘਾਟ ਹੋਣ ਕਾਰਨ ਸੁੰਦਰ ਕਲਮਾ ਕਾੜਨ ਦੀ ਜਾਂਚ ਨਾ ਹੋਣ ਕਾਰਨ ਇਹ ਉਪਰੋਕਤ ਦੋਵੇਂ ਆਪਾਂ ਪ੍ਰੋਪਰ ਮੰਨ ਨਹੀਂ ਸਕਦੇ ਠੀਕ ਹੈ ਸੋ ਉਪਰੋਕਤ ਸਾਰੇ ਵੀ ਕਈ ਵਿਦਿਆਰਥੀਆਂ ਨੇ ਇਥੇ ਲਾਇਆ ਹੋਣਾ ਪਰ ਜੇ ਆਪਾਂ ਇਹਦੀ ਸਹੀ ਆਪਸ਼ਨ ਮੰਨ ਕੇ ਚੱਲਾਂਗੇ ਤਾਂ ਤਿੰਨ ਜਿਹੜੀ ਉਹ ਸਹੀ ਹੋ ਸਕਦੀ ਹੈ ਜੀ ਉਸ ਤੋਂ ਬਾਅਦ ਸਾਡੇ ਕੋਲੇ ਕੀ ਆ ਬੱਚਿਆਂ ਨੂੰ ਬੋਲ ਚਾਲ ਦੀ ਸਿੱਖਿਆ ਦੇ ਮਢਲੇ ਸਿਧਾਂਤਾਂ ਵਿੱਚੋਂ ਹੈ ਇਹਨਾਂ ਦੇ ਵਿੱਚੋਂ ਆਪਾਂ ਕੀ ਜਿਹੜਾ ਇਹਦਾ ਆਨਸਰ ਸਹੀ ਹੋਏਗਾ ਜਿਸ ਤਰ੍ਹਾਂ ਦੇਖੋ ਪਹਿਲੇ ਹੀ ਆਪਸ਼ਨ ਦੇ ਵਿੱਚ ਕੀ ਲਿਖਿਆ ਇਹਨਾਂ ਨੇ ਖੁਸ਼ੀ ਸੇ ਸੰਤਰਤਾ ਵਾਲਾ ਵਾਤਾਵਰਨ ਨਾ ਹੋਣਾ ਸੋ ਇਸ ਤੇ ਨਾ ਪਾਇਆ ਹੋਇਆ ਇਸ ਕਰਕੇ ਜਿਹੜਾ ਇਹ ਗਲਤ ਹੋ ਚੁੱਕਿਆ ਜੀ ਇਸ ਕਰਕੇ ਜਿਹੜਾ ਇਹਦਾ ਆਨਸਰ ਕੀ ਆਏਗਾ ਮੌਖਿਕ ਕਿਰਿਆਵਾਂ ਨੂੰ ਸਕੂਲ ਦਾ ਪ੍ਰੋਗਰਾਮ ਜ਼ਰੂਰ ਆਪਣਾ ਜ਼ਰੂਰੀ ਪਹਿਲੂ ਬਣਾਉਣਾ ਜਾਂ ਫਿਰ ਇਹਨਾਂ ਦੇ ਤਿੰਨ ਆਪਸ਼ਨ ਪਈ ਆ ਇੱਕ ਤੇ ਦੋਨੇ ਸਹੀਆਂ ਜਾਂ ਦੋਨੇ ਗਲਤ ਤਾਂ ਇਹਦੀ ਆਪਸ਼ਨ ਜਿਹੜੀ ਉਹ ਦੋ ਨੰਬਰ ਸਹੀ ਆਏਗੀ ਇਏਗਾ ਮੌਖਿਕ ਕ੍ਰਿਆਵਾਂ ਨੂੰ ਸਕੂਲ ਦੇ ਪ੍ਰੋਗਰਾਮ ਦਾ ਹਿੱਸਾ ਜਿਹੜਾ ਹੋ ਬਣਾਉਣਾ ਜ਼ਰੂਰੀ ਹੈ ਜੀ ਉਸ ਤੋਂ ਬਾਅਦ ਸਾਡੇ ਕੋਲੇ ਬਹੁਤ ਹੀ ਸੌਖਾ ਕਵਚਨ ਸੀ ਅੱਜ ਕੱਲ ਵਿਦਿਆਰਥੀਆਂ ਨੂੰ ਵੇਖ ਸਕਦੇ ਦੇਸੀ ਮਹੀਨਿਆਂ ਦੇ ਨਾਮ ਘੱਟ ਕਰਮ ਜਾਦ ਹੁੰਦਾ ਅਸੀਂ ਜਨਵਰੀ ਫਰਵਰੀ ਹਮੇਸ਼ਾ ਯਾਦ ਰੱਖਦੇ ਹਾਂ ਤਾਂ ਇਹਦੇ ਵਿੱਚ ਕੀ ਹੈਗਾ ਦੇਸੀ ਮਹੀਨੇ ਦਾ ਕ੍ਰਮ ਸੈੱਟ ਕਰਨਾ ਸੀ ਆਪਾਂ ਤਾਂ ਉਹਦੇ ਵਿੱਚ ਕੀ ਹੈ ਸਾਡੇ ਕੋਲੇ ਦੇਸੀ ਮਹੀਨਿਆਂ ਦੇ ਕ੍ਰਮ ਵਿੱਚ ਜਿਹੜਾ ਸਹੀ ਕੀ ਆ ਰਿਹਾ ਕੱਤਕ ਤੇ ਮੱਘਰ ਜਿਸ ਤਰ੍ਹਾਂ ਚੇਤ ਵਿਸਾਖ ਜੇਠ ਹੜ੍ਹ ਸੌਣ ਭਾਦੋਂ ਅਸੀਂ ਸਾਰੇ ਜਾਣਦੇ ਆ ਕਿ ਜਿਹੜੇ 12 ਮਹੀਨਿਆਂ ਦਾ ਜਿਹੜਾ ਕ੍ਰਮ ਤਾਂ ਇਹਦੇ ਵਿੱਚ ਜਿਵੇਂ ਭਾਦੋਂ ਸੌਣ ਉਲਟ ਲਿਖੇ ਪਏ ਨੇ ਫਗਣਪੋ ਹਾੜ ਜੇਠ ਗਲਤ ਲਿਖੇ ਪਏ ਨੇ ਤਾਂ ਕੱਤਕ ਤੇ ਮੱਘਰ ਜਿਹੜਾ ਇਹਦਾ ਆਨਸਰ ਕੀ ਆ ਸਹੀ ਆਏਗਾ ਜੀ ਉਸ ਤੋਂ ਬਾਅਦ ਸਾਡੇ ਕੋਲੇ 41 ਨੰਬਰ ਪ੍ਰਸ਼ਨ ਕੀ ਹੈਗਾ ਪ੍ਰਾਇਮਰੀ ਪੱਧਰ ਤੇ ਮਾਤਪਾਹ ਦੀ ਸਿੱਖਿਆ ਦਾ ਉਦੇਸ਼ ਹੈ ਪ੍ਰਾਇਮਰੀ ਪੱਧਰ ਤੇ ਮਾਤਪਾਹ ਦੀ ਸਿੱਖਿਆ ਦਾ ਉਦੇਸ਼ ਕੀ ਆ ਬੱਚਿਆਂ ਦੇ ਸਬਦ ਭਨਾਰ ਵਿੱਚ ਵਾਧਾ ਨਹੀਂ ਕਰਨਾ ਸੋ ਗਲਤ ਹੋ ਗਿਆ ਯਾਨੀ ਕਿ ਆਨਸਰ ਸਾਡੇ ਕੋਲੇ 2 ਆਊਗਾ ਬੱਚਿਆਂ ਦੇ ਉਚਾਰਨ ਨੂੰ ਸੁੱਧ ਕਰਨਾ ਇਹਦੇ ਵਿੱਚ ਸਾਡੇ ਕੋਲੇ ਕੀ ਹੈਗਾ ਬੱਚਿਆਂ ਦੇ ਉਚਾਰਨ ਨੂੰ ਸੁੱਧ ਕਰਨਾ ਜਾਂ ਕਈ ਵਿਦਿਆਰਥੀਆਂ ਨੇ ਇਸੇ ਜਿਹਦਾ ਆਨਸਰ ਇਹਦਾ ਵਿਚਾਰਾਂ ਦੇ ਖੇਤਰ ਨੂੰ অতি ਤੇਜ਼ੀ ਨਾਲ ਵਿਕਸਿਤ ਕਰਨਾ ਵੀ ਲਾਇਆ ਹੋਣਾ ਤਾਂ ਜਿਹੜਾ ਇਹਦਾ ਆਨਸਰ ਸਹੀ ਜ਼ਿਆਦਾਤਰ ਰਾਈਟ ਆਪਾਂ ਮੰਨ ਸਕਦੇ ਹਾਂ ਉਹ ਆਪਸ਼ਨ ਨੰਬਰ 2 ਆ ਜੀ ਉਸ ਤੋਂ ਅੱਗੇ 47 ਨੰਬਰ ਕੁਐਸਚਨ ਕੀ ਆ ਬੱਚਿਆਂ ਦੇ ਪੜਨ ਵਿੱਚ ਪਛੜਨ ਦਾ ਕਾਰਨ ਕੀ ਹੁੰਦਾ ਬੱਚੇ ਪੜਾਈ ਦੇ ਪਿੱਛੇ ਜਿਹੜੇ ਪੜ੍ਹਾਈ ਵਿੱਚ ਠੀਕ ਆ ਕਿਉਂ ਪਛੜਨ ਲੱਗਦੇ ਆ ਉਹਦਾ ਕਾਰਨ ਕੀ ਆ ਦਿਮਾਗੀ ਕਮਜ਼ੋਰੀ ਕਹਿੰਦੇ ਇਹ ਬਿਲਕੁਲ ਗਲਤ ਆ ਸਰੀਰਕ ਦੋਸ਼ ਅਤੇ ਹਾਸਾ ਦਿਮਾਗੀ ਕਮਜ਼ੋਰੀ ਆਪਾਂ ਸਹੀ ਮੰਨ ਕੇ ਚੱਲਾਂਗੇ ਜੀ ਠੀਕ ਆ ਪਹਿਲਾਂ ਆਪਾਂ ਦੇਖਦੇ ਆਪਸਨਾ ਸਰੀਰਕ ਦੋਸ਼ ਅਤੇ ਸਕੂਲ ਤੋਂ ਲੰਮੀ ਗੈਰ ਹਾਜ਼ਰੀ ਇਹ ਵੀ ਹੋ ਸਕਦਾ ਕਰੋਗੀ ਵਾਤਾਵਰਣ ਦੀ ਖਰਾਬੀ ਅਤੇ ਪੜਾਉਣ ਦੀ ਵਿਧੀ ਵਿੱਚ ਨੁਕਸੇ ਵੀ ਹੋ ਸਕਦਾ ਸੋ ਇਹਦਾ ਜਿਹੜਾ ਆਨਸਰ ਕੀ ਆਏਗਾ ਸਾਰੇ ਹੀ ਆਏਗਾ ਠੀਕ ਹੈ ਕਿਉਂਕਿ ਉਹਨੇ ਸਹੀ ਪੁੱਛਿਆ ਵੀ ਇਹਨਾਂ ਵਿੱਚੋਂ ਕਿਹੜਾ ਕਾਰਨ ਹੈ ਜਿਹਦੇ ਕਰਕੇ ਬੱਚੇ ਪੜ੍ਹਾਈ ਦੇ ਵਿੱਚੇ ਕਮਜ਼ੋਰ ਰਹਿ ਜਾਂਦੇ ਨੇ ਅਗਲਾ ਹੈਗਾ 48 ਨੰਬਰ ਪ੍ਰਾਇਮਰੀ ਸਕੂਲ ਦੇ ਬੱਚੇ ਛੋਟੇ ਹੋਣ ਕਾਰਨ ਕਵੀ ਦੀਆਂ ਵਿਚਾਰ ਡੁੰਗਾਈਆਂ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਲਈ ਕਿਸ ਕਿਸਮ ਦੇ ਸੁਧਾਰਨ ਉਦੇਸ਼ ਦੀ ਲਈ ਮਿੱਥੇ ਜਾ ਸਕਦੇ ਹਨ ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਕਿ ਆਏਗਾ ਆਪਣਾ ਜਿਸ ਤਰ੍ਹਾਂ ਲਿਖਿਆ ਇਹਨਾਂ ਨੇ ਸਭ ਤੋਂ ਪਹਿਲਾਂ ਦੇਖੋ ਕਈ ਵਾਰੀ ਅਸੀਂ ਨਹੀਂ ਨਹੀਂ ਪੜ੍ਹਦੇ ਦੇ ਵਿੱਚੋਂ ਕਵਿਤਾ ਨੂੰ ਲਾਇਏ ਸੁਰਤ ਤੇ ਤਾਲ ਦੀਆਂ ਲੋੜਾਂ ਅਨੁਸਾਰ ਨਹੀਂ ਪੜਾਉਣਾ ਜਿਸ ਤਰ੍ਹਾਂ ਨਹੀਂ ਲਿਖਿਆ ਤਾਂ ਗਲਤ ਹੋ ਗਿਆ ਕਵਿਤਾ ਨੂੰ ਗਾ ਕੇ ਨਾਟਕੀ ਲੋੜਾਂ ਅਨੁਸਾਰ ਪੜਾਉਣਾ ਬਿਲਕੁਲ ਜਿਹੜਾ ਆਨਸਰ ਸਹੀ ਹੈ ਜੀ ਇਸ ਕਰਕੇ ਸਾਡੇ ਕੋਲੇ ਦੋ ਨੰਬਰ ਆਪਸ਼ਨ ਆਏ ਦੀ ਬਿਲਕੁਲ ਰਾਈਟ ਹੈ ਜੀ ਹੇਠ ਲਿਖਿਆ ਵਿੱਚੋਂ ਕਿਹੜਾ ਸਵਰਤ ਧੁਨੀਆਂ ਦੇ ਵਰਗੀਕਰਨ ਦਾ ਆਧਾਰ ਨਹੀਂ ਹੈ ਸੋ ਇਹਦੇ ਵਿੱਚ ਜਿਹੜਾ ਬਿਲਕੁਲ ਜਿਹੜਾ ਬਹੁਤੇ ਬੱਚਿਆਂ ਨੂੰ ਕੁਐਸਚਨ ਦਾ ਆਨਸਰ ਜਿਹੜਾ ਪਤਾਗਾ ਬੀ ਉਚਾਰਨ ਦਾ ਸਥਾਨ ਜੀਭ ਦੀ ਸਥਿਤੀ ਤੇ ਬੁੱਲਾਂ ਦੀ ਸਥਿਤੀ ਤੇ ਜੀਭ ਦੀ ਉਚਾਈ ਹੈ ਜਿਹੜੀ ਉਹ ਨਹੀਂ ਇਸ ਦੇ ਵਿੱਚ ਜਿਹੜਾ ਰੋਲ ਅਦਾ ਕਰੇਗੀ ਤੇ ਉਚਾਰਨ ਸਥਾਨ ਜੀਭ ਦੀ ਉੱਚ ਆਪਣਾ ਜੀਭ ਦੀ ਸਥਿਤੀ ਤੇ ਬੁੱਲਾਂ ਦੀ ਸਥਿਤੀ ਇਹਦੇ ਵਿੱਚ ਹੁੰਦੇ ਆ ਤਾਂ ਇਸ ਕਰਕੇ ਜੀਭ ਦੀ ਉਚਾਈ ਦਾ ਜਿਹੜਾ ਇਹਦੇ ਵਿੱਚ ਆਪਸ਼ਨ ਆ ਜਿਹੜੀ ਉਹ ਗਲਤ ਹੈ ਜੀ ਪੰਜਾਬੀ ਅਧਿਆਪਕ ਦੇ ਉਪਚਾਰ ਦੀ ਕਿਹੜੀ ਵਿਧੀ ਸਹੀ ਹੈ ਸੋ ਆਪਾਂ ਪੈਡਾਗੋਜੀ ਦੇ ਵਿੱਚ ਪੜਿਆਗਾ ਸਮੂਹਿਕ ਉਪਚਾਰ ਜਿਹੜਾ ਗੁੱਟ ਉਪਚਾਰ ਤੇ ਵਿਅਕਤੀਗਤ ਉਪਚਾਰ ਸੋ ਇਸ ਕਰਕੇ ਤਿੰਨੇ ਹੀ ਜਿਹੜੇ ਹੈਗੇ ਐਸਾ ਸਹੀ ਜਿਹੜਾ ਆਨਸਰ ਨੇ ਤਾਂ ਇਸ ਕਰਕੇ ਇਹਦਾ ਆਨਸਰ ਆਏਗਾ ਉਪਰੋਕਤ ਸਾਰੇ ਜੀ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਆਪਾਂ ਅਗਲਾ ਜਿਹੜਾ ਪੈਰਾ ਸਾਡੇ ਕੋਲੇ ਕੀ ਆ 51 ਤੋਂ 58 ਤੱਕ ਪ੍ਰਸ਼ਨ ਆ ਜਿਹੜੇ ਇਹਦੇ ਨਾਲ ਜੁੜੇ ਹੋਏ ਨੇ ਜੀ ਤਾਂ ਇਹਦੇ ਵਿੱਚ ਜਿਹੜਾ ਪਹਿਲਾ ਪ੍ਰਸ਼ਨ 51 ਨੰਬਰ ਆਸੀਂ ਦੇਖਦੇ ਹਾਂ ਉਪਰੋਕਤ ਕਾਵ ਟੋਟੇ ਵਿੱਚ ਉਦੋਂ ਸ਼ਬਦ ਕਿਸ ਲਈ ਵਰਤਿਆ ਗਿਆ ਤਾਂ ਇਹ ਵਰਤਿਆ ਗਿਆ ਸ਼੍ਰੀ ਕ੍ਰਿਸ਼ਨ ਲਈ ਜੀ ਠੀਕ ਆ ਸੋ ਇਹਦਾ ਆਨਸਰ ਕੀ ਆ ਸਾਡੇ ਕੋਲੇ ਤਿੰਨ ਸਹੀ ਹੈ ਜੀ ਇੱਥੇ ਚੁਹਾਤੀਆਂ ਸ਼ਬਦ ਦਾ ਕੀ ਭਾਵ ਹੈ ਚੁਹਾਤੀਆਂ ਹੁੰਦਾ ਜੀ ਚੰਗਿਆੜੀ ਇਹਦੇ ਵਿੱਚ ਪੈਰੇ ਦੇ ਅਨੁਸਾਰ ਆਪਾਂ ਜਿਹੜਾ ਕਵਿਤਾ ਦੇ ਅਨੁਸਾਰ ਜਿਹੜਾ ਇਸ ਆਨਸਰ ਕੀ ਲਾਵਾਂਗੇ ਚੁਹਾਤੀਆਂ ਸ਼ਬਦ ਚੰਗਿਆੜੀ ਸੁੱਤੀ ਕਲਾ ਜਗਾਉਣਾ ਮੁਹਾਵਰਾ ਪੰਜਾਬੀ ਦੇ ਵਿੱਚ ਆਮ ਵਰਤਿਆ ਜਾਂਦਾ ਸੋ ਇਹਦਾ ਆਨਸਰ ਕੀ ਆ ਸਾਡੇ ਕੋਲੇ ਮੁੱਕ ਚੁੱਕੇ ਝਗੜੇ ਨੂੰ ਫੇਰ ਤੋਂ ਸ਼ੁਰੂ ਕਰਨਾ ਮੁੱਕ ਚੁੱਕੇ ਝਗੜੇ ਨੂੰ ਉਸੇ ਕੋ ਦੁਬਾਰਾ ਤੋਂ ਸ਼ੁਰੂ ਕਰਦੇ ਆ ਤਾਂ ਉਦੋਂ ਆਪਾਂ ਕਹਿੰਦੇ ਆ ਸੁੱਤੀ ਕਲਾ ਜਗਾਉਣਾ ਗੋਗਲੋਂ ਤੋਂ ਗੋਂਗਲੂਆਂ ਤੋਂ ਮਿੱਟੀ ਝਾੜਨਾ ਇੱਕ ਤੁਸੀਂ ਮੁਹਾਵਰਾ ਸੁਣਿਆ ਹਣਾ ਪੰਜਾਬੀ ਦਾ ਤਾਂ ਗੋਂਗਲੂਆਂ ਤੋਂ ਮਿੱਟੀ ਝਾੜਨਾ ਮੁਹਾਵਰਾ ਦਾ ਤਾਂ ਇੱਥੇ ਗੋਂਗਲੂ ਕੀ ਆ ਗੋਂਗਲੂ ਕੀ ਇੱਥੇ ਇੱਕ ਸਬਜੀ ਠੀਕ ਹੈ ਜੀ ਤਾਂ ਜਿਹੜਾ ਜਿਹੜਾ ਇਹਦਾ ਅਰਥ ਕੀ ਆ ਸਾਡੇ ਕੋਲੇ ਇੱਥੇ ਇੱਕ ਸਬਜੀ ਆ ਜਿਹੜਾ ਉਹ ਜਿਹੜਾ ਆਪਣਾ ਮੰਨਿਆ ਜਾਂਦਾ ਠੀਕ ਹੈ ਤਾਂ ਇੱਥੇ ਲਿਖਿਆ ਵੀ ਹੋਇਆ ਦੇਖੋ ਕਾਣੂ ਗੋਂਗਲਾ ਤੋਂ ਮਿੱਟੀ ਝਾੜਦਾ ਹੈ ਤਾਂ ਇਸ ਕਰਕੇ ਇੱਕ ਮੁਹਾਵਰਾ ਪੰਜਾਬੀ ਦਾ ਆਮ ਜਿਹੜਾ ਵਰਤਿਆ ਜਾਂਦਾ ਸਾਡੇ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਸਾਡੇ ਕੋਲੇ ਕੀ ਆ ਆਪ ਔਨ ਦੀ ਨਹੀਂ ਜੇ ਨੀਤ ਉਸ ਦੀ ਕਾਵ ਅੰਸ਼ ਵਿੱਚ ਨੀਤ ਦਾ ਪ੍ਰਸੰਗ ਕਿੰਨਾ ਅਰਥਾਂ ਵਿੱਚ ਟੁੱਕਦਾ ਹੈ ਸੋ ਜਿਹੜਾ ਇਹਦਾ ਆਨਸਰ ਕੀ ਆਏਗਾ ਸਾਡੇ ਕੋਲੇ ਨੀਅਤ ਠੀਕ ਹੈ ਤਾਂ ਜਿਹੜਾ ਆਪ ਔਨ ਦੀ ਨਹੀਂ ਜੇ ਨੀਤ ਉਸ ਦੀ ਕਾਵ ਅੰਸ਼ ਨੀਅਤ ਦਾ ਪ੍ਰਸੰਗ ਕਿੰਨਾ ਅਰਥਾਂ ਵਿੱਚ ਟੁੱਕਦਾ ਹੈ ਨੀਅਤ ਠੀਕ ਹੈ ਇਹਦਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਹੀ ਆਨਸਰ ਜਿਹੜਾ ਨੀਅਤ ਹੀ ਹੋ ਸਕਦਾ ਜੀ ਠੀਕ ਹੈ ਜੀ ਉਸ ਤੋਂ ਬਾਅਦ ਸੰਗਾ ਸਹਂਦੀਆਂ ਜਿੰਤ ਲੋੜਸਾਂਦਿਆਂ ਨੂੰ ਕਾਵ 70 ਵਿੱਚ ਸੰਗਾਂ ਤੋਂ ਕੀ ਭਾਵ ਹੈ ਠੀਕ ਹੈ ਇਸ ਵਿੱਚ ਜਿਹੜਾ ਵਰਸ ਹੈ ਤੁਹਾਡੇ ਤਾਂ ਬਿਲਕੁਲ ਨਹੀਂ ਹੋਏਗਾ ਤਾਂ ਇਹਦਾ ਸਹੀ ਆਨਸਰ ਕੀ ਹੈਗਾ ਸਾਡੇ ਕੋਲੇ ਦੀ ਸੰਗ ਸਰਮ ਹਿਜਰ ਸ਼ਬਦ ਦਾ ਵਿਰੋਧੀ ਸ਼ਬਦ ਚੋਂ ਹੁਣ ਕਈ ਵਾਰੀ ਹਿਜਰ ਸ਼ਬਦ ਦਾ ਵਿਰੋਧੀ ਸ਼ਬਦ ਅਸੀਂ ਇੱਥੇ ਪੁੱਟ ਕੀਤਾ ਗਿਆ ਆਪਾਂ ਸਮਾਨ ਆਸਤੀ ਸਮਝਾਣੇ ਆਂ ਜੁਦਾਈ ਲਾ ਦਨੇ ਆ ਜਾਂ ਮਲਾਪ ਜਾਂ ਬਜੋਗ ਦੇਖੋ ਇਹਦੇ ਵਿੱਚ ਕੀ ਹੈਗਾ ਜੁਦਾਈ ਜਿਹੜਾ ਹੈਗਾ ਵਿਸੋੜਾ ਵੇਜੋਗ ਇਹ ਤਿੰਨ ਜਿਹੜੇ ਹੈਗੇ ਆ ਜਿਹੜੇ ਹੈਗੇ ਆ ਸਮਾਨਾਰਥੀ ਆ ਤਾਂ ਆਪਾਂ ਇੱਥੇ ਕੀ ਦੱਸਣਾ ਜੀ ਵਿਰੋਧੀ ਸਾਹਿਬ ਦੱਸਾਂ ਇਸ ਕਰਕੇ ਦਾ ਆਨਸਰ ਕੀ ਹੋ ਗਿਆ ਸਾਡੇ ਕੋਲੇ ਮਿਲਾਪ ਜੀ ਇਸ ਕਵਤਾ ਵਿੱਚ ਪ੍ਰੇਮ ਲਗਨ ਵਿੱਚ ਝੱਲੀ ਹੋਈ ਰਾਧਾ ਉਸ ਨੂੰ ਕਿਸ ਲਈ ਵਰਤਦੀ ਹੈ ਠੀਕ ਹੈ ਸੋ ਇਸ ਕਵਤਾ ਵਿੱਚ ਪ੍ਰੇਮ ਦੀ ਲਗਨ ਵਿੱਚ ਝੱਲੀ ਹੋਈ ਰਾਧਾ ਉਸ ਨੂੰ ਕਿਸ ਲਈ ਵਰਤਦੀ ਹੈ ਤਾਂ ਇਹ ਜਿਹੜਾ ਸਾਡੇ ਕੋਲੇ ਦਾ ਆਨਸਰ ਕੀ ਆਏਗਾ ਸ੍ਰੀ ਕ੍ਰਿਸ਼ਨ ਠੀਕ ਹੈ ਜੀ ਸ੍ਰੀ ਕ੍ਰਿਸ਼ਨ ਜਿਹੜਾ ਦਾ ਆਨਸਰ ਸਹੀ ਹੋਏਗਾ ਆਈਪੀ ਡਾਇਾਸਕੋਪ ਆਈਪੀ ਡਾਇਾਸਕੋਪ ਰਾਹੀਂ ਛੋਟੇ ਆਕਾਰ ਵਾਲੀ ਤਸਵੀਰ ਨੂੰ ਕੀ ਕੀਤਾ ਜਾਂਦਾ ਵੱਡੇ ਰੂਪ ਵਿੱਚ ਪਰਦੇ ਤੇ ਵਿਖਾਇਆ ਜਾ ਸਕਦਾ ਇਦਾਂ ਜਿਹੜਾ 100% ਜਿਹੜਾ ਸਹੀ ਆਨਸਰ ਆਏਗਾ ਜਿਹੜਾ ਦੋ ਹੀ ਮੰਨਿਆ ਜਾਵੇਗਾ ਜੀ ਠੀਕ ਹੈ ਸੋ ਦੋ ਜਿਹੜਾ ਕਿਉਂਕਿ ਇਹਦੇ ਰਾਹੀਂ ਪਰਦੇ ਤੇ ਜਿਹੜਾ ਦਿਖਾਇਆ ਜਾ ਸਕਦਾ ਜੀ ਉਸ ਤੋਂ ਬਾਅਦ ਸਾਡੇ ਕੋਲੇ ਕੀ ਆ ਲਿਖਤ ਵਿੱਚ ਜਿਸ ਥਾਂ ਤੇ ਕੰਮ ਆ ਲਾਉਣ ਤੋਂ ਜ਼ਿਆਦਾ ਅਤੇ ਪੂਰਨ ਵਿਸ਼ਰਾਮ ਨਾਲੋਂ ਘੱਟ ਹੈਰਾ ਹੋਵੇ ਉੱਥੇ ਆਪਾਂ ਕਿਹੜੇ ਜਿਹੜਾ ਵਿਸ਼ਰਾਮ ਚੰਦ ਦੀ ਵਰਤੋਂ ਕਰਦੇ ਆ ਜੀ ਬਿੰਦੀ ਕਾਮੇ ਦੀ ਠੀਕ ਹੈ ਸੋ ਇਹ ਸੀ ਜਿਹੜੇ ਪੰਜਾਬੀ ਦੇ ਸਾਡੇ ਕੋਲੇ 60 ਕੁਐਸਚਨ ਜਿਹੜੇ ਸੌਰੀ ਆਪਣਾ 60 ਤੱਕ ਜਿਹੜੇ 30 ਪ੍ਰਸ਼ਨ ਜਿਹੜੇ ਆਏ ਹੋਏ ਸੀਗੇ ਤਾਂ ਇਹਦੇ ਵਿੱਚੋਂ ਹੋ ਸਕਦਾਗਾ ਕਿ ਇੱਕ ਦੋ ਪ੍ਰਸ਼ਨ ਜਿਹੜੇ ਆਹੋ ਇਧਰ ਉਧਰ ਜਿ ਉਹਨਾਂ ਦੇ ਆਨਸਰ ਹੋ ਸਕਦੇ ਆ ਤੇ ਵੈਸੇ ਜ਼ਿਆਦਾਤਰ ਜਿਹੜਾ ਇਹਨਾਂ ਦੇ ਸਹੀ ਆਨਸਰ ਆ ਜਿਹੜੇ ਉਹ ਇਸੇ ਅਨੁਸਾਰ ਹੀ ਮੰਨੇ ਜਾਣਗੇ ਸੋ ਜੇਕਰ ਕਿਸੇ ਵਿਦਿਆਰਥੀ ਦੇ ਇੱਥੇ 25 26 ਨੰਬਰ ਵੀ ਬਣ ਰਿਹਾ ਤਾਂ ਪੰਜਾਬੀ ਦੇ ਵਿੱਚੋਂ ਤਾਂ ਜ਼ਿਆਦਾਤਰ ਵੈਟਰਾਂ ਉਹਨਾਂ ਦਾ ਪੇਪਰ ਪੰਜਾਬੀ ਦਾ ਜਿਹੜਾ ਜਿਹੜਾ ਪੋਰਸਨ ਉਹਨਾਂ ਦਾ ਵਧੀਆ ਤੇ ਬਾਕੀ ਸਬਜੈਕਟਾਂ ਦੀ ਜਿਹੜੀ ਅਨਸਰ ਕੀ ਆ ਉਹ ਤੁਸੀਂ ਚੈੱਕ ਕਰਕੇ ਆਪਣਾ ਦੇਖ ਸਕਦੇ ਹੋ ਕਿ ਕਿੰਨੇ ਨੰਬਰ ਆ ਜਿਹੜੇ ਤੁਹਾਡੇ ਪੀਐਸਟੈਟ 1 ਦੇ ਵਿੱਚੋਂ ਬਣ ਰਹੇ ਨੇ ਤਾਂ ਸੈਕੰਡ ਪੇਪਰ ਦੀ ਜਿਹੜੀ ਪੰਜਾਬੀ ਹੋਏਗੀ ਉਹ ਆਪਾਂ ਅਪਲੋਡ ਸ਼ਾਮ ਤੱਕ ਕਰ ਦੇਵਾਂਗੇ ਜੀ ਸੋ ਥੈਂਕ ਯੂ ਵੈਰੀ ਮੱਚ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ